ਗਿੱਲ ਟਰਾਂਸਪੋਰਟ ਚੈਨਲ 'ਤੇ ਤੁਹਾਡਾ ਫਿਰ ਤੋਂ ਵੈਲਕਮ। ਅਤੇ ਜਿੱਦਾਂ ਕਿ ਤੁਹਾਨੂੰ ਆਪਣੇ ਚੈਨਲ ਦੇ ਨਾਮ ਤੋਂ ਹੀ ਪਤਾ ਆ ਕਿ ਆਪਣਾ ਕਾਰੋਬਾਰ ਕੀ ਹੈ, ਗਿੱਲ ਟਰਾਂਸਪੋਰਟ ਆਪਣਾ ਟਰਾਂਸਪੋਰਟ ਦਾ ਕੰਮ ਹੈ। ਅਤੇ ਹੁਣ ਜਾ ਰਹੇ ਹਾਂ ਗੱਲਾਂ ਮੰਡੀ ਫਤਿਹਪੁਰ, ਅਤੇ ਉੱਥੇ ਜਾ ਕੇ ਪਤਾ ਲੱਗਦਾ ਆ ਕੋਈ ਚੀਜ਼ ਲੈ ਕੇ ਆਉਣੀ ਹੈ ਜਾਂ ਲੈ ਕੇ ਜਾਣੀ ਹੈ। ਤੁਸੀਂ ਕਹਾਵਤ ਸੁਣੀ ਹੋਣੀ ਟਰੱਕ ਦੀ ਬੱਤੀ ਪਿੱਛੇ ਲੱਗਣ ਵਾਲੀ, ਅਤੇ ਉਹੀ ਕੰਮ ਹੋਇਆ, ਟਰੱਕ ਦੀ ਬੱਤੀ ਪਿੱਛੇ ਲੱਗ ਗਏ ਹਾਂ, ਨਾ ਰਸਤਾ ਦੇ ਰਿਹਾ ਅਤੇ ਨਾ ਹੀ ਸਪੀਡ ਮਾਰ ਰਿਹਾ। ਲਓ ਜੀ ਹੁਣ ਥੋੜ੍ਹੀ ਜਿਹੀ ਸਪੀਡ ਮਾਰ ਲਈ ਉਹਨੇ। ਆ ਸਾਹਮਣੇ ਆ ਗਈ ਜੀ ਆਪਣੀ ਮੰਡੀ, ਮੰਡੀ ਦੇ ਆ ਇੰਟਰੀ ਵਾਲਾ ਗੇਟ ਸਾਹਮਣੇ ਆ, ਇੱਥੋਂ ਹੁੰਦੀ ਹੈ ਜੀ ਆਪਣੀ ਇੰਟਰੀ। ਇਹ ਟਰੱਕ ਹੁਣ ਕਿਤੇ ਪਾਸੇ ਲੱਗਦਾ ਆ ਅਤੇ ਅਸੀਂ ਵੀ ਸਿੱਧਾ ਜਾਂਦੇ ਹਾਂ ਆਪਣੀ ਦੁਕਾਨ 'ਤੇ ਜਿੱਥੇ ਜਾਣਾ ਆ। ਆਇਆ ਜੀ ਆਪਣੀ ਦੁਕਾਨ ਜਿੱਥੋਂ ਸਮਾਨ ਚੁੱਕਣਾ ਸੀ। ਆ ਪਹਿਲੇ ਇੱਕ ਟਰਾਲੀ ਲੱਦ ਰਹੇ ਨੇ, ਟਰਾਲੀ ਲੱਦੀ ਜਾਂਦੀ ਹੈ, ਜਿੰਨੀ ਦੇਰ ਟਰਾਲੀ ਲੱਦੀ ਜਾ ਰਹੀ ਉੰਨੀ ਦੇਰ ਤੁਸੀਂ ਚੈੱਕ ਕਰੋ ਮੌਸਮ। ਫਤਿਹਪੁਰ ਵਿੱਚ ਅੱਜ ਬਾਰਿਸ਼ ਹੋ ਰਹੀ, ਹਲਕੀ ਹਲਕੀ, ਮੌਸਮ ਖਰਾਬ ਹੋਇਆ ਹੋਇਆ ਆ। ਅਤੇ ਆਹ ਆ ਆਪਣੀ ਗੱਡੀ ਖੜ੍ਹੀ, ਅਤੇ ਇਹਨਾਂ ਦਾ